ਇੱਕ ਵਾਰੀ ਫੇਰ ਸਵਾਗਤ ਆ ਅੱਜ ਦੀ ਇਸ ਨਵੀਂ ਵੀਡੀਓ ਵਿੱਚ, ਜਿਹਦੇ ਵਿੱਚ ਆਪਾਂ ਦੇਖਾਂਗੇ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਹਾਂਗਕਾਂਗ ਦੇ $2 ਦੇ ਕੁਆਇਨ। ਅਤੇ ਸਭ ਤੋਂ ਪਹਿਲਾਂ ਜਿਹੜਾ ਕੁਆਇਨ ਹੈਗਾ ਹਾਂਗਕਾਂਗ ਦਾ $2 ਦਾ ਮੇਰੀ ਕਲੈਕਸ਼ਨ ਵਿੱਚ ਸ਼ਾਮਲ, ਉਹ 1975 ਦਾ। ਅਤੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ, ਅਤੇ ਬਿਲਕੁਲ ਇਹ ਜਿਵੇਂ ਪਹਿਲਾਂ $5 ਦਾ ਕੁਆਇਨ ਸੀਗਾ ਹਾਂਗਕਾਂਗ ਦਾ, ਉਸੇ ਸਾਈਕਲ ਦਾ ਕੁਆਇਨ ਆ ਇਹ, ਅਤੇ ਫਰਕ ਕੋਈ ਖਾਸ ਨਹੀਂ। ਪਰ ਇੱਥੇ ਹਾਂਗਕਾਂਗ ਲਿਖਿਆ ਹੋਇਆ ਇਹਨਾਂ ਨੇ, ਉਹੀ ਸ਼ੇਰ ਦੀ ਪਿਕਚਰ ਜਿਹੜੀ ਆਪਾਂ ਪਹਿਲਾਂ ਵੀ ਦੇਖੀ ਸੀ $5 ਦੇ ਕੁਆਇਨ 'ਤੇ, ਅਤੇ ਇੱਥੇ ਥੱਲੇ ਸਨ ਲਿਖੀ ਹੋਈ ਆ ਅਤੇ $2 ਇਹ ਲਿਖਿਆ ਹੋਇਆ, ਅਤੇ ਇੱਧਰਲੀ ਸਾਈਡ ਦੇ ਉੱਤੇ ਰਾਣੀ ਦੀ ਪਿਕਚਰ ਲੱਗੀ ਹੋਈ ਆ। ਅਤੇ ਅਗਲਾ ਜਿਹੜਾ ਕੁਆਇਨ ਹੈਗਾ ਹਾਂਗਕਾਂਗ ਦਾ, ਉਹ ਇਹ ਆ 1979 ਦਾ, ਅਤੇ ਇਹਦੇ ਉੱਤੇ ਵੀ ਹਾਂਗਕਾਂਗ ਸਾਰਾ ਕੁਛ ਸੇਮ ਹੀ ਆ, ਇਕੱਲਾ ਸਨ ਚੇਂਜ ਆ 1979 ਦੂਸਰੀ ਸਾਈਡ ਦੇ ਉੱਤੇ, ਉਸੇ ਤਰ੍ਹਾਂ ਰਾਣੀ ਦੀ ਪਿਕਚਰ। ਅਗਲਾ ਕੁਆਇਨ ਹੈਗਾ ਜਿਹੜਾ ਉਹ 1980 ਦਾ, ਇਹ ਵੀ ਸੇਮ ਹੀ ਆ, ਉਹੀ ਸ਼ੇਰ ਦੀ ਪਿਕਚਰ ਸਾਰਾ ਕੁਛ, ਇਕੱਲਾ ਸਨ ਚੇਂਜ ਆ 1980 ਇਹ ਲਿਖਿਆ ਹੋਇਆ, ਅਤੇ ਰਾਣੀ ਦੀ ਪਿਕਚਰ ਸੇਮ ਹੀ ਆ। ਉਹ ਤੋਂ ਅਗਲਾ ਕੁਆਇਨ ਹੈਗਾ 1981 ਦਾ, ਇਹਦੇ 'ਤੇ ਵੀ ਇਹੀ ਇਕੱਲੀ ਸਨ ਚੇਂਜ ਆ 1981 ਲਿਖਿਆ ਹੋਇਆ, ਅਤੇ ਬਾਕੀ ਸਾਰਾ ਕੁਛ ਸੇਮ ਆ। ਅਤੇ ਆਹ ਦੇਖੋ ਜਿਵੇਂ ਤੁਸੀਂ ਦੇਖ ਸਕਦੇ ਹੋ, ਅਤੇ 1981 ਇਹ ਤੋਂ ਬਾਅਦ 1982 ਦਾ ਇਹ ਕੁਆਇਨ, ਇਹ ਵੀ ਸੇਮ ਹੀ ਆ, ਸੇਮ ਪਿਕਚਰ ਆ ਸਾਰਾ ਕੁਛ, ਉਹੀ $2 ਸੇਮ ਟੂ ਸੇਮ ਸਾਰਾ ਡਿਟੋ ਆ, ਅਤੇ ਇਕੱਲਾ ਸਨ ਦਾ ਫਰਕ ਆ, ਅਤੇ ਦੂਸਰੀ ਸਾਈਡ 'ਤੇ ਰਾਣੀ ਦੀ ਪਿਕਚਰ। ਅਤੇ ਉਹ ਤੋਂ ਬਾਅਦ 1985 ਇਹ ਹੈਗਾ ਜਿਹੜਾ ਕੁਆਇਨ, ਇਹ ਹੈਗਾ 1985 ਦਾ ਇਸ ਤਰ੍ਹਾਂ ਦਾ, ਅਤੇ ਇੱਧਰਲੀ ਸਾਈਡ ਦੇ ਉੱਤੇ ਰਾਣੀ ਦੀ ਪਿਕਚਰ ਆ ਜਿਵੇਂ ਤੁਸੀਂ ਦੇਖ ਸਕਦੇ ਹੋ। ਆਹ ਦੇ ਇੱਥੇ ਚੇਂਜ ਹੋ ਗਈ ਰਾਣੀ ਦੀ ਪਿਕਚਰ ਇਹਨਾਂ ਕੁਆਇਨਾਂ ਦੇ ਵਿੱਚ। ਅਤੇ ਇਹ ਤੋਂ ਅਗਲਾ ਕੁਆਇਨ ਆ ਜਿਹੜਾ ਮੇਰੀ ਕਲੈਕਸ਼ਨ ਵਿੱਚ, ਉਹ ਹੈਗਾ 1984, ਇਹ ਆਪਾਂ ਤੋਂ ਥੋੜ੍ਹਾ ਜਿਹਾ ਆਹ ਸੀਗਾ 85 ਦਾ, ਆਹ ਹੈਗਾ 84 ਦਾ, ਠੀਕ ਹੈ। ਅਤੇ ਰਾਣੀ ਦੀ ਪਿਕਚਰ ਇਹੋ ਜਿਹੀ ਹੀ ਆਉਣੀ ਆ, ਸਾਰਾ ਸੇਮ ਆ ਇਹ 1984 ਵਾਲਾ ਇਹਨਾਂ ਕੁਆਇਨਾਂ ਦੀ ਤਰ੍ਹਾਂ, ਅਤੇ ਪਿਕਚਰ ਦੂਜੀ ਸਾਈਡ ਦੇ ਉੱਤੇ ਰਾਣੀ ਦੀ ਹੈ ਜਿਹੜੀ, ਉਹ ਚੇਂਜ ਹੋ ਗਈ ਸੀਗੀ ਇਹ ਤੋਂ ਬਾਅਦ 1984 ਤੋਂ ਬਾਅਦ 1985 ਵਾਲੇ 'ਤੇ। ਅਤੇ ਇਹਨਾਂ ਤੋਂ ਬਾਅਦ ਹੈਗਾ ਜਿਹੜਾ ਅਗਲਾ ਕੁਆਇਨ, ਉਹ ਇਹ ਆ 1986 ਦਾ, 1986 ਵਾਲੇ ਕੁਆਇਨ 'ਤੇ ਫੋਟੋ ਰਾਣੀ ਦੀ ਇਹੋ ਜਿਹੀ ਆ ਦੂਸਰੀ ਸਾਈਡ, ਇੱਧਰਲੀ ਸਾਈਡ ਦੇ ਉੱਤੇ ਇਹੀ ਪਿਕਚਰ ਆ, ਅਤੇ ਇਕੱਲੀ ਸਨ ਚੇਂਜ ਆ, ਆਹ ਦੇਖੋ ਬਿਲਕੁਲ ਸੇਮ। ਅਤੇ ਜਿਹੜਾ ਅਗਲਾ ਕੁਆਇਨ ਆ ਉਹ ਹੈਗਾ 1993 ਦਾ, $2 ਦਾ, ਅਤੇ ਇਹ ਥੋੜ੍ਹਾ ਜਿਹਾ ਚੇਂਜ ਹੋ ਗਿਆ, ਸਾਈਜ਼ ਤਾਂ ਸੇਮ ਹੀ ਆ ਲਗਭਗ, ਅਤੇ ਮੋਟਾ ਵੀ ਉਨਾ ਕੀ ਆ। ਦੇਖਣ ਨੂੰ ਕਿਉਂ ਫਰਕ ਲੱਗਦਾ, ਕਿਉਂਕਿ ਇੱਧਰ ਇਹਨਾਂ ਨੇ ਇਹ ਜਿਹੜੀ ਸਾਈਡ 'ਤੇ ਇਹ ਸੀਗਾ ਇਹ ਦੂਆ ਪਾਇਆ ਹੋਇਆ, ਅਤੇ $2 ਇਸ ਤਰ੍ਹਾਂ ਲਿਖੇ ਹੋਇਆ, ਅਤੇ 1993 ਆਹ ਸ਼ੇਰ ਸੂਰ ਹੈ ਨਹੀਂ ਇਹਦੇ 'ਤੇ, ਇਹ ਚੇਂਜ ਕਰਤਾ, ਅਤੇ ਦੂਸਰੀ ਸਾਈਡ ਦੇ ਉੱਤੇ ਰਾਣੀ ਦੀ ਪਿਕਚਰ ਵੀ ਹੈ ਨਹੀਂ, ਇੱਥੇ ਹਾਂਗਕਾਂਗ ਦੇ ਫੁੱਲ ਦੀ ਪਿਕਚਰ ਆ। ਉਹ ਤੋਂ ਬਾਅਦ 1994 ਦਾ ਕੁਆਇਨ ਜਿਹੜਾ ਮੇਰੀ ਕਲੈਕਸ਼ਨ ਸ਼ਾਮਲ ਆ, ਉਹ ਵੀ ਸੇਮ ਹੀ ਆ, ਇੱਥੇ 1994 ਲਿਖਿਆ ਹੋਇਆ। ਅਤੇ ਇਹ ਤੋਂ ਅਗਲਾ ਕੁਆਇਨ ਹੈਗਾ 1995 ਦਾ, ਇਹ ਇਸ ਤਰ੍ਹਾਂ ਦਾ, ਅਤੇ ਦੂਸਰੀ ਸਾਈਡ ਦੇ ਉੱਤੇ ਉਹੀ ਫੁੱਲ। ਅਗਲਾ ਕੁਆਇਨ 1997 ਦਾ, ਅਤੇ ਇਹਦੇ ਫੁੱਲ ਆ ਦੂਸਰੀ ਸਾਈਡ, ਫੁੱਲ ਇਸ ਤਰ੍ਹਾਂ ਦਾ,
ਜੇ ਤੁਸੀਂ ਦੇਖਣਾ ਵੀ ਬਹੁਤ ਸੋਹਣਾ ਫੁੱਲ ਆ ਇਹ ਘਰ। ਅਤੇ ਉਦੋਂ ਬਾਅਦ 1998 ਇਹ ਕੁਆਣਾ 1998 ਦਾ, ਇਹ ਤਾਂ ਵੀ ਫੁੱਲ ਦੀ ਦੂਸਰੀ ਸਾਈਡ, ਰਾਣੀ ਦੀ ਪਿਕਚਰ ਨਹੀਂ ਹੈਗੀ। 1998 ਤੋਂ ਬਾਅਦ ਹੈਗਾ 2012 ਦਾ ਕੁਆਣ ਜਿਹੜਾ ਆ ਸੀਗਾ, ਅਤੇ ਦੂਸਰੀ ਸਾਈਡ ਇਹਦੇ ਵੀ ਫੁੱਲ ਆ। ਅਤੇ ਇਹ ਜਿਹੜੀ ਸਾਰੇ ਕੁਆਇਨ ਜਿਹੜੇ ਮੇਰੀ ਕਲੈਕਸ਼ਨ ਵਿੱਚ ਸ਼ਾਮਿਲ ਨੇ ਉਹ ਨੇ, ਇਹਨਾਂ ਦੇ ਤੋਂ ਬਿਨਾਂ ਜੇ ਕਿਸੇ ਕੋਲ ਕੋਈ ਐਕਸਟਰਾ ਕੁਆਇਨ ਹੋਇਆ ਕਿਸੇ ਹੋਰ ਵੀ ਸਨ ਦਾ ਤਾਂ ਉਹ ਮੈਨੂੰ ਜ਼ਰੂਰ ਦੱਸਿਓ, ਤਾਂ ਕਿ ਆਪਾਂ ਆਪਣੀ ਕਲੈਕਸ਼ਨ ਵਿੱਚ ਵਾਧਾ ਕਰ ਸਕੀਏ। ਅਤੇ ਬਾਕੀ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊ, ਵਧੀਆ ਲੱਗੀ ਹੋਊ। ਅਤੇ ਦੇਖਦੇ ਰਹੋ, ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਧੰਨਵਾਦ।